ਬਰਫ ਨਾਲ ਢਕੀਆਂ ਚੋਟੀਆਂ ਹਿਮਾਲਿਆ ਦੀਆਂ ਪਹੁੰਚ ਗਏ। ਕਿਉਂ ਆ ਗਏ ਨਾਨਕੇ? ਯਾਦ ਨਾਨਕੇ शिवलिंग बनाने का क्या इतिहास है, मतलब इसके पीछे? बहुत बढ़िया एडवेंचर। रास्ता देखो। जय शिव बोल। जय शिव। हिमालय पर्वत स्टार्ट होया था तो बर्फ नाल ढकिया चोटिया हिमालय दियाँ बिल्कुल लास्ट थे। ये मंदिर है जी, मैं इतना दूर तो नहीं चला वाला। धर्मशाला इत्थे नीचे असि पहुंच गए मंदिर। हाँ, ये मेन मंदिर है। लकड़ का इसलिए ना इत्थे बर्फ बहुत पैंदी है। उपरों टेढ़ा भी इस करके बनाया जाता है, बर्फ बहुत पैंदी है। 10-10 फुट तक बर्फ पै जाती है, है ना? इसे करके सिस्टम बनाया। देखो पहाड़े तक तिखी चढ़ाई है, तिखी चढ़ाई आ रहा नेरा। हले बहुत उपर जाना, इतो ए जाके फिर ए जाना, फिर ए जाना, फिर उत्थे जाना उधर। देखो थल्ले आए हैं, ऐ चल रही है चढ़ाई है। आ चढ़ाई है, हाई पीक ते हैं इस वेले। असि हम आपसे बात कर सकते हैं पंडित जी? ये इस जगह, ये शिवलिंग बनाने का क्या इतिहास है, मतलब इसके पीछे? ये शिवलिंग तो सर संत जी ने बनाई है। ठीक है, ये शिवलिंग है ना सर, जो से यहाँ पे है सर,
यहाँ पे पांडव के टाइम से जब वो बबरी को था सर बबरी का हाँ बबरी का जो सर वो उसका जो शीश काटा था ना कृष्ण भगवान जी ने उससे से सर यहाँ पे लगाया दिया गया था यहाँ गिरा था वो सर भाई वो सिर यहाँ पे लगाया गया था ओके जब महाभारत पूरा युद्ध खत्म हुआ था ना सर पूछा था कि आपने महाराज और आपने देखा है पूरा युद्ध कि हाँ पूरा युद्ध देखा है कहते मैंने यहाँ से कि आपने क्या देखा कि महाराज जी मैंने देखा कि सुदर्शन चक्र और कृष्ण का शंख वही दो ही चीजें दिखी क्या बात है पूरे युद्ध में हाँ। और फिर यहाँ से फिर वो जब शीश यहाँ पे काटा गया था उससे भी यहाँ फिर शिरगुल उत्पन्न हुए थे अच्छा क्योंकि ये सिरमौर में इन्होंने जन्म लिया था छाया में हाँ। जी जहाँ छाया का जन्म स्थल है फिर ये अवतार जो शिव जो शीश से वो शिरगुल अवतार हुए शिरगुल फिर शिरगुल जी अपनी तपस्या करके जब यहाँ पे तपस्या की जो मंदिर में नीचे शिवलिंग है सर उस अपनी शक्ति से उत्पन्न हुआ है अच्छा लीन हो गए अच्छा अच्छा वो उनकी भक्ति के कारण ही वहाँ पे जी जी अच्छा 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 उन्होंने फिर मंदिर बनाया फिर बहुत अच्छी अच्छा लगा आपसे मिलकर जयशंकर सिरमौर दी हाई पीक थे ऐसे ले पा डिस्ट्रिक्ट है ना डिस्ट्रिक्ट सिरमौर मार्केट बारा डिस्ट्रिक्ट है उसी अभी ਹੁਣ ਦੋਸਤੋ ਅਸੀਂ ਬਿਲਕੁਲ ਨੌਰਧਾਰਾ ਵੱਲ ਚੱਲ ਪਏ 8:00 ਅਤੇ ਚੜ੍ਹਾਈ ਨਹੀਂ ਹੁਣ ਥੱਲੇ ਨਹੀਂ ਉਤਰਨਾ ਹੈਗਾ ਬੜੇ ਧਿਆਨ ਨਾਲ ਉਤਰਨਾ ਪੈਣਾ ਹਾਂ ਪਤਾ ਕੀ ਆ ਚੜ੍ਹਨਾ ਸੌਖਾ ਉਤਰਨਾ ਬਹੁਤ ਔਖਾ ਹੈਗਾ ਹਾਂ ਚਲੋ ਠੀਕ ਹੈ ਜੀ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਐਡਵੈਂਚਰ ਰਸਤਾ ਦੇਖੋ ਸਾਨੂੰ ਅੱਜ ਮਹਿਸੂਸ ਹੋ ਰਿਹਾ ਵੀ ਅਸੀਂ ਡਿਸਕਵਰੀ ਚੈਨਲ ਵਾਲੇ ਵਾਂਗੂ ਇੰਜੋਏ ਕਰ ਰਹੇ ਹਾਂ ਰਾਤ ਹਨੇਰਾ ਬਹੁਤ ਸੀ ਨਾ ਹਨੇਰੇ ਕਰਕੇ ਨਾ ਪਤਾ ਨਹੀਂ ਲੱਗਿਆ ਹਾਲਾ ਜੈ ਸ਼੍ਰੀ ਬੋਲ आया आनंद ਪਾਣੀ ਵੀ ਇੰਨਾ ਠੰਡਾ ਹੈਗਾ ਪੀਤਾ ਨਹੀਂ ਆਉਂਦਾ ਹੈ ਗਰਮ ਕਰਕੇ ਪੀਣਾ ਪੈਂਦਾ ਦੋਸਤੋ ਧਿਆਨ ਰੱਖੋ ਉੱਪਰੋਂ ਇਹ ਪਹਿਲਾ ਪੁਆਇੰਟ ਹੈ ਜਿੱਥੇ ਤੁਹਾਨੂੰ ਪਾਣੀ ਮਿਲੇਗਾ ਪਾਣੀ ਦੀ ਬੋਤਲ ਵੀ ਨਹੀਂ ਮਿਲਦੀ ਆਪਾਂ ਸੋਚਦੇ ਹਾਂ ਨਾ ਮਿਨਰਲ ਵਾਟਰ ਲੈ ਲਾਂਗੇ ਜੇ ਬੋ ਆਪਣਾ ਪਾਣੀ ਇੰਤਜ਼ਾਮ ਕਰਕੇ ਜਾਓ ਉੱਪਰੋਂ ਆਉਂਦੇ ਵੀ ਇੱਥੋਂ ਭਰ ਕੇ ਜਾਓ ਥੱਲਿਓ ਜਿੱਥੋਂ ਵੀ ਮੌਕਾ ਮਿਲੇ ਉੱਥੋਂ ਭਰ ਕੇ ਪਾਣੀ ਬਹੁਤ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਰਾਤ ਅਸੀਂ ਮਹਿਸੂਸ ਕਰਿਆ ਵੀ ਫੋਨ ਦੀ ਟੋਰਚ ਤਾਂ ਹੈਗੀ ਸੀ ਉਹਦੀ ਗੱਲ ਕੁਛ ਹੋਰ ਹੈ ਪਰ ਐਕਚੁਅਲੀ ਜੇ ਤੁਹਾਡੇ ਕੋਲ ਤੁਸੀਂ ਟੋਰਚ ਕੈਰੀ ਕਰ ਸਕਦੇ ਨਾ ਵੱਡੀ ਉਹ ਬਹੁਤ ਜ਼ਰੂਰ ਅੱਗੇ ਜਾ ਕੇ ਰਸਤਾ ਨਾ ਐਸਾ ਹੋ ਜਾਂਦਾ ਜਿੱਥੇ ਹੁਣ ਜਿਵੇਂ ਇਹ ਤਾਂ ਦਿਖ ਰਿਹਾ ਵੀ ਰਸਤਾ ਇਹ ਤਾਂ ਇੰਨਾ ਦਿਖ ਰਿਹਾ ਵੀ ਇੰਨਾ ਇੰਨਾ ਅੱਗੇ ਜਾ ਕੇ ਰਸਤਾ ਇੱਦਾਂ ਹੋ ਜਾਂਦਾ ਵੀ ਆਹ ਪਹਾੜ ਹੈ ਬਸ ਵਿੱਚੋਂ ਨਿਕਲਣਾ ਸਿਰਫ ਇੱਕ ਚੀਜ਼ ਤੋਂ ਜਜਮੈਂਟ ਹੁੰਦੀ ਆ ਜਿੱਥੇ ਲੋਕਾਂ ਦੇ ਪੈਰਾਂ ਦੇ ਨਿਸ਼ਾਨ ਹੁੰਦੇ ਆ ਬਸ ਇਸ ਕਰਕੇ ਟੋਰਚ ਜ਼ਰੂਰ ਲੱਗੇ ਜਾਓ ਬਿਨਾਂ ਟੋਰਚ ਤੋਂ ਜੇ ਆ ਗਏ ਤੁਸੀਂ ਉੱਪਰ ਨਹੀਂ ਪਹੁੰਚ ਪਾਓਗੇ ਥੱਲੇ ਹੀ ਕਿਤੇ ਆਪਾਂ ਗੁੰਮ ਹੋ ਜਾਵਾਂਗੇ ਇੱਕ ਵਾਰੀ ਗਲਤ ਰਸਤਾ ਚਲੇ ਗਏ ਮੁੜ ਕੇ ਫਿਰ ਉਹ ਉੱਥੇ ਪਹੁੰਚਣਾ ਮੁਸ਼ਕਲ ਹੁੰਦਾ ਡੈਸਟੀਨੇਸ਼ਨ ਤੋਂ ਦੂਰ ਹੀ ਜਾਈ ਜਾਵਾਂਗੇ ਧਿਆਨ ਰੱਖੋ ਇਸ ਗੱਲ ਦਾ ਸੈਕਿੰਡ ਢਾਬੇ ਕੋਲ ਪਹੁੰਚਣ ਵਾਲੇ ਆਪਾਂ ਹਾਂ 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 ਏਰੀਆ ਇਹ ਬੜਾ ਪਿਆਰਾ ਹੈ ਬਾਈ
ਸਾਰਾ ਨਾ ਗ੍ਰੀਨ, ਸਾਫ਼, ਫਰੈਸ਼ ਏਅਰ, ਫਰੈਸ਼ ਵਾਤਾਵਰਨ ਆ। ਨੀਚੇ ਦੋ ਦੁਕਾਨਾਂ ਢਾਬੇ ਜੀ, ਅਤੇ ਆਹ ਦੇਖ ਲਓ ਤੁਸੀਂ ਸਾਰਾ ਹੀ, ਇਹ ਬਹੁਤ ਅੱਛੀ ਵੈਲੀ ਹੈ। ਔਰ ਇਹ ਇੱਥੋਂ ਹੁਣ 6 ਕਿਲੋਮੀਟਰ ਰਹਿ ਗਿਆ ਥੱਲੇ। ਪਰੌਂਠੇ ਬਣਨੇ, ਪਰੌਂਠੇ ਬੜਾ ਬੇਕਾਰ ਬਣਦਾ ਯਾਰ, ਇਹਦੇ ਨਾਲੋਂ ਤਾਂ ਘੱਟ ਹੀ ਨਾ ਇਹ ਬੰਦੇ ਨਾਲੋਂ। ਫਿਰ ਵੀ ਬਾਈ ਆਪਣਾ ਚੱਲ ਕੋਈ ਮਾਫ਼ ਕਰ ਦਿੰਦੇ ਹਾਂ, ਮੈਂ ਤਾਂ ਮਲੰਗ ਮਲੰਗ ਨਾਲ ਮਲੰਗ ਹੀ ਰਹਿ ਸਕਦਾ, ਹਟਦਾ ਹੀ ਨਹੀਂ। ਕਿੰਨਾ ਰੁਕ ਲਿਆ, ਇਹਨੂੰ ਰੁਕਦਾ ਹੀ ਨਹੀਂ ਬਾਈ। ਇਹ ਕੱਪੜੇ ਖਾ ਕੇ ਹਟੇ ਆਪਣੇ, ਮਾਰ ਦੇ। ਇੱਥੇ ਗਏ ਸੀ ਆਪਾਂ ਆਹ ਟੇ ਟੋਪ 'ਤੇ, ਜਿਹੜਾ ਬਿਲਕੁਲ ਟੋਪ ਦੇਖ ਰਿਹਾ ਨਾ ਇਸ ਪਹਾੜੀ 'ਤੇ, ਟੋਪ 'ਤੇ ਬਿਲਕੁਲ ਟੋਪ। ਆਪਾਂ ਤਾਂ ਉਸੇ ਰਸਤੇ ਜਾਣਾ ਜਿੱਥੋਂ ਆਏ ਸੀ ਕੱਲ੍ਹ, ਉੱਧਰੋਂ ਇੱਥੇ ਆ ਕੇ ਦੋਨੇ ਦੇ ਬਸ ਯਾਰ ਇੱਥੇ ਹੋ ਜਾਂਦੇ ਰਸਤੇ, ਜੋ ਮੋਟਰਸਾਈਕਲ ਆਉਣਾ ਉਹ ਵੀ, ਜਿਹੜਾ ਥੱਲੋਂ ਆਉਣਾ ਉਹ ਵੀ, ਉਹ ਰਸਤਾ ਵਹਾਂ ਸੇ ਹੀ ਆ ਰਿਹਾ ਹੈ ਨਾ, ਮਾਰਕੀਟ 'ਚ ਆ ਰਿਹਾ ਰਸਤਾ। ਇਹ ਬੰਦੇ ਦਿਖ ਰਹੇ ਇਸਮੇ ਆ ਰਹੇ ਹੈ। ਔਰ ਇੱਥੇ ਆਓ, ਪਹਿਲੇ ਸਟੋਪੀ ਤੇ ਅੰਕਲ ਕੋਲ, ਪਹਿਲੇ ਐਂਟਰੀ ਤੇ ਤੁਹਾਡਾ, ਪਹਿਲੇ ਐਂਟਰੀ ਵੀ ਅੰਕਲ ਦਾ ਡੱਬਾ ਹੈ, ਬੈਠੋ ਇਨਕੇ ਪਾਸ, ਆਓ ਚਾਹ ਪੀ ਕੇ ਜਾਓ, ਜਬ ਨਾਈਟ ਸਟੇ ਕੋ ਲੇਟ ਆਓ ਕਭੀ, ਹਾਂ ਸੀਧੇ ਇਧਰ ਆ ਜਾਓ, ਕਾਲ ਕਰ ਦੋ, ਇਹ ਵੀ ਠੀਕ ਹੈ, ਨੰਬਰ ਬਤਾ ਦਿਓ ਅੰਕਲ, ਇਹ ਰੁਕ ਜਾਓ ਅੰਕਲ, ਨੰਬਰ ਬਤਾ ਦਿਓ 9169, ਔਰ ਇਹ ਬਤਾ ਦੇ 9816959951, ਠੀਕ ਹੈ ਜੀ, ਥੈਂਕ ਯੂ, ਵੈਲਕਮ। ਪਹੁੰਚ ਗਏ ਅਸੀਂ ਦੋਸਤੋ, ਹੁਣ ਫਾਈਨਲੀ ਅਸੀਂ ਪਹੁੰਚ ਗਏ ਹਾਂ ਆਪਣਾ ਚੁਰੇਸ਼ਵਰ ਹੋਟਲ 'ਚ, ਨੌਧਾਰਾ ਅਸੀਂ ਉੱਪਰ ਜਾ ਰਹੇ ਹਾਂ, ਟਰੈਕ ਕਰ ਰਹੇ ਹਾਂ, 14-15 ਕਿਲੋਮੀਟਰ ਅਸੀਂ ਪੈਦਲ ਗਏ ਹਾਂ, ਆਪਾਂ 6 ਕਿਲੋਮੀਟਰ ਅਸੀਂ ਬਾਈਕ 'ਤੇ ਗਏ, ਬਹੁਤ ਮਜ਼ਾ ਆਇਆ ਰਾਤ ਉੱਥੇ ਰੁਕੇ, ਅਸੀਂ 10:30 ਵਜੇ ਚਲੇ ਸੀ ਇੱਥੋਂ, ਉੱਪਰ 7:30 ਵਜੇ ਪਹੁੰਚੇ, ਬਹੁਤ ਮਜ਼ਾ ਆਇਆ, ਹਰ ਜਗ੍ਹਾ 'ਤੇ ਰੁਕ ਕੇ ਆਨੰਦ ਲੈਂਦੇ ਗਏ ਆਪਾਂ, ਅਤੇ ਵਾਪਸੀ 'ਤੇ ਅਸੀਂ ਸਵੇਰੇ 7:30 ਵਜੇ ਗਏ, 2 ਵਜੇ ਹੈ ਨਾ, 7:30 ਵਜੇ ਨਿਕਲੇ ਸੀ ਅਸੀਂ, ਆਰਾਮ ਨਾਲ ਉੱਪਰ ਘੁੰਮ ਕੇ, ਉੱਪਰ ਸ਼ਿਵਲਿੰਗ 'ਤੇ ਜਾ ਕੇ ਰਸਤੇ 'ਚ ਰੁਕ ਕੇ ਪਰੌਂਠੇ ਖਾ ਕੇ ਫਿਰ ਹੁਣ ਵਾਪਸ ਆਏ, ਅਤੇ ਹੁਣ ਅਸੀਂ ਫਰੈਸ਼ ਹੋ ਗਏ, ਹੁਣ ਅਸੀਂ ਬੈਕ ਟੂ ਚੰਡੀਗੜ੍ਹ ਕਰਾਂਗੇ, ਇੱਥੋਂ ਹੁਣ ਅਸੀਂ ਸਮਾਨ ਸਾਰਾ ਪੈਕ ਕਰ ਲਿਆ, ਠੀਕ ਹੈ, ਹੁਣ ਚੱਲਣ ਵਾਲੇ ਹਾਂ, ਇੱਥੇ ਆ ਕੇ ਬੜਾ ਮਜ਼ਾ ਆਇਆ, ਬੈਸਟ ਬ੍ਰੇਕ ਥਾ ਮਾਰਾ, ਪਹਿਲਾਂ ਵੀ ਟੂਰ ਲਗਾਇਆ ਪਰ ਇਹਦਾ ਵੱਖਰਾ ਨਜ਼ਾਰਾ ਸੀ, ਬਹੁਤ ਸੋਹਣਾ ਥਾ ਕਿ ਸੀ, ਮਤਲਬ ਬਹੁਤ ਜ਼ਿਆਦਾ, ਤੁਸੀਂ ਕੋਈ ਸਪੈਸ਼ਲ ਕਹਿੰਦਾ ਕਰੋ, ਸਪੈਸ਼ਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਬਾਹਰ ਜਾਂਦੇ ਆਪਾਂ, ਹਾਂ ਨੇਚਰ ਦਾ ਜਿਹੜਾ ਉਹਦੇ ਨਾਲ ਪਿਆਰ ਕਰੋ, ਉੱਥੇ ਕੋਈ ਦਰਦ ਨਾ ਪਾਓ, ਜੋ ਆਪਾਂ ਨੂੰ ਆਦਤ ਹੈ ਲੋਕਾਂ ਨੂੰ ਪਾਉਣ ਦੀ, ਉਹਨੂੰ ਸਾਫ਼ ਸੁਥਰਾ ਰੱਖੋ, ਬਸ ਇਹੀ ਹੈ, ਆਪਣੇ ਆਪ ਨੂੰ ਪਿਆਰ ਕਰੋ, ਆਪਣੇ ਆਪ ਨੂੰ ਪਿਆਰ, ਜੇ ਆਪਣੇ ਆਪ ਨੂੰ ਪਿਆਰ ਕਰਾਂਗੇ ਤਾਂ ਬਾਈ ਦੇ ਕੋਲ ਅਹਿਮ ਪ੍ਰਾਪਤ ਹੋ।
ਮੈਨੂੰ ਚੰਡੀਗੜ੍ਹ ਜਾ ਕੇ ਮਿਲਦੇ ਆ।